ਚੋਣਾਂ ਦੇ ਪਹਿਲੇ ਪੜਾਅ ਦੇ ਲਈ ਨਾਮਜ਼ਦਗੀਆਂ ਦਾ ਰਿਹਾ ਅੱਜ ਆਖਰੀ ਦਿਨ। ਨਿਤਿਨ ਗਡਕਰੀ, ਹੇਮਾ ਮਾਲਿਨੀ, ਰਾਜ ਬੱਬਰ ਸਣੇ ਕਈ ਦਿੱਗਜਾਂ ਨੇ ਭਰੇ ਪਰਚੇ। ਰਾਹੁਲ ਗਾਂਧੀ ਦਾ ਵੱਡਾ ਚੋਣ ਵਾਅਦਾ, ਬੋਲੇ ਜੇਕਰ ਕਾਂਗਰਸ ਪਾਰਟੀ ਜਿੱਤੀ ਤਾਂ ਸਭ ਤੋਂ ਗਰੀਬ 20% ਲੋਕਾਂ ਨੂੰ ਸਲਾਨਾ ਦੇਣਗੇ 72,000 ਰੁਪਏ। ਰਾਹੁਲ ਗਾਂਧੀ ਨੇ ਪੀਐਮ ਮੋਦੀ ਤੇ ਕੀਤਾ ਵੱਡਾ ਹਮਲਾ, ਬੋਲੇ ਪੀਐਮ ਮੋਦੀ ਦੀਆਂ ਯੋਜਨਾਵਾਂ ਨਾਲ ਬਣ ਰਹੇ ਨੇ ਦੋ ਹਿੰਦੁਸਤਾਨ, ਇੱਕ ਅਮੀਰਾਂ ਦਾ ਤੇ ਦੂਜਾ ਗਰੀਬਾਂ ਦਾ। ਲੋਕ ਸਭਾ ਚੋਣਾਂ ਦੀਆਂ ਸਰਗਰਮੀਆਂ ਵਿਚਾਲੇ ਪ੍ਰਿਯੰਕਾ ਗਾਂਧੀ ਦਾ ਬੀਜੇਪੀ ਤੇ ਵਾਰ, ਕਿਹਾ ਬੀਜੇਪੀ ਦੇ ਨੇਤਾ ਮਾਰਕੀਟਿੰਗ ਵਿੱਚ ਰੁੱਝੇ, ਜਨਤਾ ਦੀ ਆਵਾਜ਼ ਸਰਕਾਰ ਦੇ ਝੂਠੇ ਪ੍ਰਚਾਰ ਦੇ ਸ਼ੋਰ ਵਿੱਚ ਹੋ ਗਈ ਹੈ ਗੁੰਮ। ਮੌਸਮ ਰਜ਼ਾ ਦੇ ਪ੍ਰਿਯੰਕਾ ਗਾਂਧੀ ਦੇ ਵਿਗੜੇ ਬੋਲ, ਪ੍ਰਿਯੰਕਾ ਗਾਂਧੀ ਨੂੰ ਕਿਹਾ ਮੌਸਮੀ ਪੰਛੀ, ਬੋਲੇ ਅਯੋਧਿਆ ਦੇ ਵਿੱਚ ਬਾਬਰ ਦੇ ਨਿਸ਼ਾਨ ਲੱਭਣ ਜਾ ਰਹੀ ਹੈ ਪ੍ਰਿਯੰਕਾ, ਪਰ ਉੱਥੇ ਕੁਝ ਨਹੀਂ ਮਿਲੇਗਾ। ਰਾਜਸਥਾਨ ਦੇ ਰਾਜਪਾਲ ਕਲਿਆਣ ਸਿੰਘ ਭੁੱਲੇ ਆਪਣੀ ਮਰਿਆਦਾ, ਬੋਲੇ ਅਸੀਂ ਸਾਰੇ ਬੀਜੇਪੀ ਦੇ ਵਰਕਰ, ਨਰਿੰਦਰ ਮੋਦੀ ਦਾ ਦੁਬਾਰਾ ਪ੍ਰਧਾਨ ਮੰਤਰੀ ਬਣਨਾ ਦੇਸ਼ ਲਈ ਜ਼ਰੂਰੀ। ਯੂਪੀ ਵਿੱਚ ਗਰਜੇ ਸੀਐਮ ਯੋਗੀ, ਬੋਲੇ ਮੋਦੀ ਸਰਕਾਰ ਅੱਤਵਾਦੀਆਂ ਨੂੰ ਬਿਰਿਆਨੀ ਨਹੀਂ ਗੋਲੀ ਖਲਾਉਂਦੀ ਹੈ। ਵਿਰੋਧੀਆਂ ਤੇ ਵੀ ਸਾਧਿਆ ਨਿਸ਼ਾਨਾ, ਕਿਹਾ ਐਸਪੀ, ਬੀਐਸਪੀ ਤੇ ਕਾਂਗਰਸ ਸਾਰੇ ਚੋਰ ਚੋਰ, ਭਾਈ ਭਾਈ। ਪਾਲ ਖਹਿਰਾ ਨੇ ਲੋਕ ਸਭਾ ਚੋਣਾਂ ਲਈ ਸ਼ੁਰੂ ਕੀਤਾ ਪ੍ਰਚਾਰ, ਮਾਨਸਾ ਦੇ ਪਿੰਡ ਢੈਪਈ ਤੋਂ ਕੱਢਿਆ ਰੋਸ ਮਾਰਚ, ਤਲਵੰਡੀ ਸਾਬੋ ਵਿਖੇ ਜਾ ਕੇ ਹੋਇਆ ਮੁਕੰਮਲ। ਹਿਮਾਚਲ ਪ੍ਰਦੇਸ਼ ਦੇ ਵਿੱਚ ਵੀ ਸ਼ੁਰੂ ਹੋਈ ਚੋਣ ਹਲਚਲ, ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੀ ਮੌਜੂਦਗੀ ਦੇ ਵਿੱਚ ਸਾਬਕਾ ਕੇਂਦਰੀ ਮੰਤਰੀ ਸੁਖ ਰਾਮ ਸ਼ਰਮਾ ਨੇ ਬੀਜੇਪੀ ਦਾ ਸਾਥ ਛੱਡ ਫੜਿਆ ਕਾਂਗਰਸ ਦਾ ਹੱਥ। ਬੀਜੇਪੀ ਦੇ ਦਿੱਗਜ ਨੇਤਾ ਗਿਰੀਰਾਜ ਸਿੰਘ ਆਪਣੀ ਸੀਟ ਬਦਲਣ ਤੋਂ ਨਾਰਾਜ਼, ਬੇਗੂਸਰਾਏ ਸੀਟ ਤੋਂ ਚੋਣਾਂ ਲੜਨ ਤੋਂ ਕੀਤਾ ਸਾਫ਼ ਇਨਕਾਰ।